जी आज अस जा रहे हैं टैटू करवाने। मेरे नाल है रवि मटार ते बाकी एक्सपीरियंस तुहानू अगली वीडियो शो करांगे। बने रहो साडे नाल, इदां ही पूरी वीडियो देखियो, मजा आऊगा तुहानू देखण दा। बहुत वधिया भरा ने काम करना आ। नैक्सट वीडियो तुहानू स्टूडियो 'च मिलदे आ जाके। बंद ही है, बंदा अंदर ही अपना सुता है शॉप बंद करके। हमने आप सरप्राइज देना है जाके। चलो आयो नाल देखते हैं अंदर जाके की माहौल बनता है। ये बंदा अंदर चोरी काम कर रहा है, हम आप पढ़ते हैं अंदर जाके फट फट को खोलते 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 बंदे फड़ ले आपा। देखो भाई हुणी चोरी काम कर रहे हैं, फड़ हो गए। और भाई और वधिया भाजी, रात कितना रही? अच्छा अच्छा चलो वधिया। हाँ जी हाँ जी, सत श्री अकाल सारिया नू। विक्की भाजी आए अपने को, किदा भाजी? रवि भाजी इन्हों दे आपां डेढ़ साल पहला टैटू किया भाई। दिखा अपना टैटू, अपना टैटू किया हुआ अपने डेढ़ साल पहला टैटू आ। दिखा दो बैक साइड भी, दिखा दो डेढ़ साल पहला टैटू। हुण इन्हां दे अंदर करना आपां, इत्थों करना आ। ते आ भाजी दा हो गया स्टार्ट, जिवें आपां सवेर दे डिजाइन करदे हां। वैसे पहला साडा होर सीगा डिजाइन, हुण होर हो गया। जिवें इधरले पासे आ बनना आ, ते उपर हले आपां तुहानूं दसणा नहीं। मिलदे आ बाकी, तुहानूं गोरा ही बड़ाई जाणा। मिलदे आ बाकी। वज गया ते 6 बजे आपां शुरू कीता सी टैटू, ते टैटू पहुँच गया इत्थे। हुण इधर वाला डिजाइन करांगे, मॉर्निंग तक हो जाऊगा मे बी। ते आ वाला हले रहिंदा इहदे विच थोड़ा जिहा, जिवें वाइट तो काम रहिंदा आ।
ਹਾਂਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਹ ਹੋਈ ਪਹਿਲਾਂ ਵਾਲਾ ਟੈਟੂ ਲੱਗੇ ਆ ਆਪਾਂ ਰੀਕੰਟੀਨਿਊ ਕਰਨ, ਜਿੱਦਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਇੰਨਾ ਹੋ ਚੁੱਕਿਆ ਸੀਗਾ ਟੈਟੂ ਮਾਇਓ ਬਾਜੀ ਤਾਂ ਘੁੰਮਦੀ ਵੀ ਨਹੀਂ ਤੇ ਲੱਗੇ ਆ ਕਰਨ। ਆਹ ਸੀਗਾ ਜੀ ਇਹ ਆਪਣੇ ਬਾਈਸੈਪ ਦਾ ਸਾਰਾ ਡਿਜ਼ਾਈਨ ਆ, ਇਸ ਟਾਈਮ ਸਿਰ ਹੋ ਚੁੱਕਿਆ ਆ। ਹਾਂਜੀ ਰਵੀ ਜੀ, ਰਵੀ ਜੀ, ਰਵੀ ਜੀ ਵੀ ਅੱਜ ਆਪਣਾ ਟੈਟੂ ਦਿਖਾਉਂਦੇ ਹੋਏ ਕਹਿੰਦੇ ਰੋਜ਼ ਸਟੋਰੀਆਂ ਪੈਂਦੀਆਂ ਤੇ ਅਸੀਂ ਵੀ ਅੱਜ ਸੈਂਡੋ ਸੁੰਡੋ ਪਾ ਕੇ ਚਲੀਏ ਹੈ। ਕਰ ਦੇਣਾ ਭਾਈ ਤੁਹਾਡਾ ਵੀ ਆਪਾਂ ਕੰਪਲੀਟ, ਬਾਕੀ ਮਿਲਦੇ ਆ ਕ੍ਰਿਸ਼ਨ। ਮੈਂ ਤਾਂ ਜਦੋਂ ਸਟੂਡੀਓ ਦੇ ਵਿੱਚ ਹੀ ਸੀਗਾ, ਰੋਟੀ ਲੈਣ ਗਿਆ ਸੀ ਤੇ ਉੱਥੇ ਉਹਨਾਂ ਨੂੰ ਬੰਦਾ ਟੱਕਰਿਆ ਕੋਈ ਬੰਦਾ ਨੀ ਬੰਦੀਆਂ ਭੇਸ ਵਿੱਚ ਬੰਦਾ ਸੀਗਾ ਪਰ ਸੀ ਅੰਦਰੋਂ ਬੰਦੀ ਜੰਗ ਬਲੱਡ ਫੇਰ ਕੀ ਸੀ ਫੇਰ ਤੁਰ ਪੈ ਲੈਣ। ਅਸੀਂ ਅੱਜ ਰੀਲਾਂ ਬਣਾਈਆਂ, ਅਸੀਂ ਤਾਂ ਟੈਟੂ ਕਰਦੇ ਪਏ ਸੀ ਭਾਈ ਸਾਹਿਬ ਤੇ ਰਵੀ ਨੇ ਲਾਇਆ ਇੱਕ ਘੰਟਾ ਪੂਰਾ ਇੱਕ ਘੰਟਾ ਲਾਇਆ ਤੇ ਰੀਲਾਂ ਬਣਾਈਆਂ ਕਿੰਨੀਆਂ ਦੋ ਰੀਲਾਂ ਬਣਾਈਆਂ ਤੇ ਉਹ ਵੀ ਪਾਉਣ ਵਾਲੀਆਂ ਨੀ ਹੈਗੀਆਂ। ਥੱਲੇ ਨਾ ਆਈ ਡੀ ਆ ਰਹੀ ਆ ਭਰਾ ਦੀ ਤੇ ਜ਼ਰੂਰ ਜਾ ਕੇ ਫੋਲੋ ਕਰੇ ਇੰਸਟਾਗ੍ਰਾਮ। ਗੱਲ ਹੈਗੀ ਏਦਾਂ ਪਹਿਲਾਂ ਕੱਪੜੇ ਸੋਹਣੇ ਸੋਹਣੇ ਪਾ ਕੇ ਵੀਡੀਓ ਬਣਾ ਲਈ, ਸੈਕਿੰਡਲੀ ਭਾਈ ਨੇ ਫੋਨ ਲੈ ਲਿਆ ਦਿੱਤੇ ਵੀਡੀਓ ਸ਼ੂਟ ਹੁੰਦਾ ਗਿਆ। ਸ਼ੁਰੂ ਤੋਂ ਦੱਸ ਦੇ ਤੁਹਾਨੂੰ ਇਹ ਗੱਲ ਹੋਈ ਏਦਾਂ ਅਸੀਂ ਕਿਹਾ ਵੀ ਜਦੋਂ ਆਹ ਟ੍ਰੈਂਡ ਚੱਲਿਆ ਟਿਕਟੋਕ ਤੇ ਤਾਂ ਅਸੀਂ ਨਹੀਂ ਵਾਇਰਲ ਹੋਏ ਇੰਨੇ, ਜਦੋਂ ਇੰਸਟਾਗ੍ਰਾਮ ਤੇ ਰੀਲ ਵਾਲੀ ਆਪਸ਼ਨ ਆਈ ਤੇ ਅਸੀਂ ਫਿਰ ਉਦੋਂ ਕਿਹਾ ਸੀਗਾ ਵੀ ਹੁਣ ਫੋਨ ਵਧੀਆ ਲਿਆ ਜਾਵੇ ਤੇ ਚਲੋ ਰਵੀ ਨੇ ਆਪਣੇ ਭਰਾ ਨੇ ਫੋਨ ਲੈ ਲਿਆ ਆਈਫੋਨ 11 ਨਾ ਬ੍ਰੋ ਤੇ ਉਹਦੇ ਵਿੱਚ ਅਸੀਂ ਰੀਲਾਂ ਪਾਉਣੀਆਂ ਸਟਾਰਟ ਕੀਤੀਆਂ ਤੇ ਸਾਨੂੰ ਨਹੀਂ ਵਿਊ ਆਏ। ਫਿਰ ਅਸੀਂ ਇਕੱਠਿਆਂ ਨੇ ਰਲ ਕੇ ਕੁਛ ਸੋਚਿਆ ਵੀ ਕੁਛ ਅਲੱਗ ਕਰਦੇ ਹਾਂ, ਫਿਰ ਅਸੀਂ ਜਿੰਮ 'ਚ ਵੀਡੀਓ ਬਣਾਉਣੀਆਂ ਸਟਾਰਟ ਕੀਤੀਆਂ ਤੇ ਚਲੋ ਉਹਦੇ ਵਿੱਚੋਂ ਦੋ ਤਿੰਨ ਚੱਲੀਆਂ ਵੀ ਨੋ ਡਾਊਟ ਹੈ ਨਾ, ਬਟ ਜਿੰਨਾ ਅਸੀਂ ਸੋਚ ਰਿਹਾ ਸੀ ਉਹ ਤੋਂ 10% ਵੀ ਨਹੀਂ ਮਿਲਿਆ। ਫਿਰ ਅਸੀਂ ਅੱਗੇ ਵਧੇ ਥੋੜ੍ਹਾ ਜਿਹਾ ਸੀਗਾ, ਚਲੋ ਹੁਣ ਜਿੱਦਾਂ ਟ੍ਰੈਂਡ ਆ ਵੀ ਕੁੜੀਆਂ ਜਿਹੜੀਆਂ ਜ਼ਿਆਦਾ ਵਾਇਰਲ ਹੋ ਰਹੀਆਂ ਹੱਥ ਫੜ ਕੇ ਬਣਾ ਦਿਓ ਜਾਂ ਇੱਦਾਂ ਨਾ,
ਤੇ ਅਸੀਂ ਉਹ ਟ੍ਰੈਂਡ ਦੀ ਕੋਸ਼ਿਸ਼ ਕੀਤੀ ਉਹਦੇ ਚੱਕਰ ਦੇ ਨਾਲ ਆਪਣੀਆਂ ਦਲੀਆਂ ਦੁੱਧ ਕਰ ਲਈਆਂ ਉਹਦੇ ਚੱਕਰ ਤੇ ਬਾਕੀ ਉਹਦੇ ਚੱਕਰ ਤੇ ਕੁਝ ਨਹੀਂ ਜਸਟ ਵੀਡੀਓ ਬਣਾਈ ਆ ਕੁੜੀ ਐਜ਼ ਅ ਫਰੈਂਡ ਹੈ ਨਾ ਤੇ ਉਹਦੇ ਚੱਕਰ ਦੇ ਵਿੱਚ ਸਾਡੇ ਭਰਾ ਦੀ ਸਹੇਲੀ ਗੁੱਸੇ ਹੋ ਗਈ ਹੈ ਨਾ ਬੜਾ ਵੱਡਾ ਚੱਕਰ ਪਿਆ ਤੇ ਵਾਇਰਲ ਫੇ ਨਹੀਂ ਹੋਈ ਵੀਡੀਓ ਹੱਥ ਬੱਲੇ ਕੁਝ ਨਹੀਂ ਪਿਆ ਪਤਾ ਨਹੀਂ ਭਾਬੀ ਦੀ ਹੈ ਲੱਗੀ ਵੀ ਸਾਲੇ ਜੋ ਮਰਜ਼ੀ ਕਰ ਲੋ ਵਾਇਰਲ ਨਹੀਂ ਹੋਣਾ ਵਾਇਰਲ ਨਹੀਂ ਹੋਣਾ ਜੀ ਨਾ ਤੇ ਉਸ ਤੋਂ ਬਾਅਦ ਅਸੀਂ ਕਿਹਾ ਹੁਣ ਆਪਾਂ ਸੇਮ ਕਨਸੈਪਟ ਰੱਖ ਰਹੇ ਹਾਂ ਅਸੀਂ ਇੱਕ ਸੇਮ ਸੇਮ ਕੱਪੜੇ ਪਾ ਕੇ ਵੀਡੀਓ ਪਾਉਣੀ ਸਟਾਰਟ ਕਰ ਦਿੱਤੀਆਂ ਵਿਊ ਫਿਰ ਵੀ ਨਹੀਂ ਆਏ ਫਿਰ ਵੀ ਨਹੀਂ ਆਏ ਠੀਕ ਹੈ ਜੀ ਹੁਣ ਉਸ ਤੋਂ ਬਾਅਦ ਸਾਡੇ ਲਾਸਟ ਆਪਸ਼ਨ ਬਜੀ ਸੀ ਵੀ ਗਮੀ ਤੇਰੀ ਬਾਹ ਦੇ ਟੈਟੂ ਆ ਮੇਰੀ ਦੇ ਕਿਉਂ ਹੈ ਨਹੀਂ ਹਾਂ ਤੇ ਮੈਂ ਕਿਹਾ ਤੇਰੀ ਖੱਬੀ ਦੇ ਆ ਤੇ ਮੈਂ ਸੱਜੀ ਦੇ ਪਾਉਣਾ ਹਾਂ ਤੇ ਵੀਡੀਓ ਵੀ ਵਧੀਆ ਬਣੀ ਵੀਡੀਓ ਵਧੀਆ ਬਣੇਗਾ ਇੱਕ ਪਾਸੇ ਤੇਰਾ ਆਇਆ ਕਰੂ ਇੱਕ ਪਾਸੇ ਮੇਰੇ ਆਇਆ ਹੋਊਗਾ ਕਰੂਗਾ ਹੁਣ ਇਹ ਦੇਖਦੇ ਆ ਇਹ ਕਨਸੈਪਟ ਨੂੰ ਕਿੰਨਾ ਕੁ ਪਿਆਰ ਮਿਲਦਾ ਜਾਂ ਨਹੀਂ ਮਿਲਦਾ ਜੇ ਤਾਂ ਇਹ ਫਿਰ ਵੀ ਨਹੀਂ ਕੁਝ ਹੋਇਆ ਅਸੀਂ ਕਿ ਇੰਸਟਾਗ੍ਰam ਨੂੰ ਡਿਲੀਟ ਕਰਕੇ ਚੁੱਪ ਕਰਕੇ ਆਪਣਾ ਕੰਮ ਕਰ ਦੇਖਣਾ ਹੈ ਤੇ ਚਲੋ ਪੈਸੇ ਤਾਂ ਕਮਾਈ ਜਾਣਗੇ ਚਾਰ ਪੰਜ ਹਲੇ ਤੱਕ ਤਾਂ ਅਸੀਂ ਲਗਾਈ ਰਹੇ ਆਂ ਦੀ ਉਸ ਤੋਂ ਬਾਅਦ ਅਸੀਂ ਕਮਾਉਣ ਦਾ ਸੋਚਣਾ ਤੇ ਮੁੱਕ ਦੀ ਗੱਲ ਇਹ ਆ ਤੁਹਾਡੀਆਂ ਰੀਲਾਂ ਰੂਲਾਂ ਨਾ ਬਾਈ ਹੁਣ 3.5 ਲੱਖ ਰੁਪਇਆ ਲਵਾਤਾ ਵੇਚੀ ਟੈਟੂ ਤੇ ਵੇਚੀ ਫੋਨ ਤੇ ਵੇਚੀ ਕੱਪੜੇ ਫੜਿਆ ਦੇ ਇਹ ਰੀਲ ਫੇਰ ਵਾਇਰਲ ਨਹੀਂ ਹੋਈ ਇੰਨੇ ਪੈਸੇ ਲੱਗਣ ਦੇ ਬਾਅਦ ਰੀਲ ਫੇਰ ਵਾਇਰਲ ਨਹੀਂ ਹੁੰਦੀ ਹੁਣ ਅਸੀਂ ਕਿਹਨੂੰ ਅਜੀ ਤੱਕ ਕਿਸੇ ਨੂੰ ਦੋਸ਼ ਦੇ ਹੀ ਨਹੀਂ ਸਕਦੇ ਤੁਹਾਨੂੰ ਹੀ ਦੇਣਾ ਜਿਹੜੇ ਦੇਖਦੇ ਜਿਹੜੇ ਦੇਖਦੇ ਆ ਸਾਨੂੰ ਦੇਖੋ ਸਾਡੇ ਦੇ ਹੱਥੋਂ ਦੇ ਰਵੀ ਇਹ ਕੀ ਕਰ ਰਹੇ ਯਾਰ ਹਨਾ ਕਿਉਂਕਿ ਜਦੋਂ ਇਹ ਸ਼ੂਟ ਕਰਨ ਜਾਈਦਾ ਵਾ ਅਸੀਂ ਕੱਪੜੇ ਨਾਲ ਲੈ ਕੇ ਜਾਈਦੇ ਤਾਂ ਸ਼ਾਪਿੰਗ ਕਰਕੇ ਆਏ ਹੁੰਦੇ ਆ ਕਿਤੋਂ ਹਨਾ ਨਾਲ ਲੈ ਕੇ ਜਾਈਦੇ ਆ ਤੇ ਇੰਨੀ ਸਟਰਗਲ ਕਰਦੇ ਆ ਫਿਰ ਵੀ ਕੁਝ ਨਹੀਂ ਮਿਲਦਾ ਪਿਆ ਕੀ ਪਤਾ ਹੁਣ ਹੋ ਜਵੇ ਕੁਝ ਬਟ ਨੈਵਰ ਗਿਵ ਅਪ ਇਹ ਕਮਾਂਗੇ ਨੈਵਰ ਗਿਵ ਅਪ ਅਸੀਂ ਵੀ ਨਹੀਂ ਛੱਡ ਰਹੇ ਸੱਚੀ ਗਿਆ ਲੱਗੇ ਹੀ ਰਹਿਣਾ ਹੈ ਅਸੀਂ ਪੂਰੀ ਸੱਚੀ ਗਿਆ ਜੌਨ ਸੀਨਾ ਨੇ ਨੈਵਰ ਗਿਵ ਅਪ ਨੈਵਰ ਗਿਵ ਅਪ ਨਹੀਂ ਯਾਰ ਹੱਸਾ ਜਿਹਾ ਬਹੁਤ ਹੋ ਗਿਆ ਭਾਈ ਜਿੰਨੇ ਵੀ ਮੇਰੇ ਕੋਲ ਦੇਖਦੇ ਆ ਨਾ ਸਾਰੇ ਜਾਣੇ ਤੁਹਾਡਾ ਸਪੋਰਟ ਕਰੋ ਭਾਈ ਮਾਨੂੰ ਬਹੁਤ ਮਿਹਨਤ ਕਰਦੇ ਆ ਭਾਈ ਹੁਣ ਨਾ ਤੇ ਅੱਗੇ ਵੀ ਪਤਾ ਹੈ ਬਲਕਿ ਬੰਦਾ ਰਿਹਾ ਕਿ ਜਿਹੜਾ ਬੰਦਾ ਨਹੀਂ ਕਰਦਾ ਉਹ ਕਰੋ ਚੈਨਲ ਨੂੰ ਸਪੋਰਟ ਕਰੋ ਤੁਸੀਂ ਕਿਉਂ ਕਰਨਾ ਕੁਰਕਰਾ ਬ੍ਰੇਕ ਹੈ ਕੁਰਕਰਾ ਬ੍ਰੇਕ ਜੰਕ ਫੂਡ ਬ੍ਰੇਕ ਇਟਸ ਜੰਕ ਫੂਡ ਬ੍ਰੇਕ ਲੋ ਜੀ ਟੈਟੂ ਦੇ ਤਾਂ ਬਹੁਤ ਨਿਗਾਹ ਵੱਜ ਗਈ ਥੋੜੀ ਜਿਹੀ ਆ ਬਰੈਟੀ ਤੇ ਵੀ ਮਾਰ ਲਓ ਬਾਕੀ ਆਪਣੇ ਭਾਜੀ ਦਾ ਪੇਜ ਹੈਗਾ ਇੰਸਟਾਗ੍ਰਾਮ ਤੇ ਵਰਲਡਿੰਗ ਜੋਨ ਕਹਿਣ ਦੀ ਲੋੜ ਨਹੀਂ ਤੁਸੀਂ ਉੱਥੇ ਆ ਕੇ ਦੇਖ ਸਕਦੇ ਆ ਠੀਕ ਹੈ ਨਾ ਤੁਹਾਨੂੰ ਪਤਾ ਲੱਗ ਜੂਗਾ ਵੀ ਭਾਜੀ ਜੀ ਕੀ ਹੈ ਨਾ ਬਾਕੀ ਟੈਟੂ ਬਾਰੇ ਜ਼ਰੂਰ ਕਮੈਂਟ ਕਰਿਓ ਹੈ ਨਾ ਭਾਈ ਨੇ ਬਹੁਤ ਚੁਣ ਚੁਣ ਕੇ ਡਿਜ਼ਾਈਨ ਸਿਲੈਕਟ ਕਰਵਾਏ ਆ ਇਹ ਲਾਸਟ ਵਿੱਚ ਦਿਖਾਵਾਂਗੇ ਤੁਹਾਨੂੰ ਇਹ ਇਦਾਂ ਨਹੀਂ ਸੀਗਾ ਵੀ ਅਸੀਂ ਹਾਂਜੀ ਭਾਈ ਇਹ ਇਦਾਂ ਨਹੀਂ ਸੀ ਵੀ ਅਸੀਂ ਬਹੁਤ ਚਿਰਾਂ ਤੋਂ ਸੋਚਿਆ ਹੋਇਆ ਸੀਗਾ ਵੀ ਅਸੀਂ ਆਹ ਡਿਜ਼ਾਈਨ ਕਰਨੇ ਆ ਮੈਂ ਭਾਈ ਪਹਿਲਾਂ ਮੈਂ ਜੋ ਟੂ ਵੀ ਓਨੈਸਟਲੀ ਦੱਸੂਗਾ ਕਿ ਮੈਂ ਮੋਰੀ ਟੈਟੂ ਦਾ ਸੋਚਿਆ ਸੀਗਾ ਤੇ ਮੁੜ ਕੇ ਅਸੀਂ ਇੱਥੇ ਆਏ ਹਾਂ ਤੇ ਫਿਰ ਮੇਰਾ ਮਾਈਂਡ ਥੋੜ੍ਹਾ ਜਿਹਾ ਇੱਕ ਰਵੀ ਨੇ ਡਿਵਰਟ ਕੀਤਾ ਨਹੀਂ ਯਾਰ ਤੂੰ ਕੁਛ ਡਿਫਰੈਂਟ ਕਰਵਾ ਹਨਾ ਤੇ ਫਿਰ ਭਾਜੀ ਨਾਲ ਵੀ ਇੱਦਾਂ ਸਲਾਹ ਹੋਈ ਆਪਣੀ ਤੇ ਐਟ ਏ ਟਾਈਮ ਅਸੀਂ ਆਪਾਂ ਨੂੰ ਭਾਜੀ ਕਿੰਨੇ ਘੱਟੋ ਘੱਟ ਕਿੰਨੇ ਘੰਟੇ ਲੱਗੇ ਦੋ ਤੋਂ ਢਾਈ ਤਿੰਨ ਘੰਟੇ ਅਪਰੋਕਸੀਮੇਟਲੀ ਇੰਨਾ ਕੁ ਟਾਈਮ ਆਪਾਂ ਨੂੰ ਲੱਗਾ ਡਿਜ਼ਾਈਨ ਸਿਲੈਕਟ ਕਰਨ ਦੇ ਲਈ ਡਿਜ਼ਾਈਨ ਜਿਹੜਾ ਆਪਾਂ ਚੇਂਜ ਕੀਤਾ ਕਿਉਂਕਿ ਪਹਿਲਾਂ ਇੱਕ ਦਿਨ ਭਾਜੀ ਨੂੰ ਆਇਆ ਕਿ ਉਹ ਡਿਜ਼ਾਈਨ ਘੱਟ ਖੋਸ਼ ਹੁੰਦਾ ਸੀਗਾ ਬਟ ਫਿਰ ਵੀ ਭਾਜੀ ਨੂੰ ਉਹਦੇ ਤੇ ਇੱਕ ਚੀਜ਼ ਹੈਗਾ ਕਿ ਡਾਊਟ ਹੈਗਾ ਕਿ ਭਾਜੀ ਮੈਂ ਨਹੀਂ ਕਰ ਸਕਦਾ ਜਾਂ ਮੈਂ ਨਹੀਂ ਕਰਨਾ ਕਿਉਂਕਿ ਲਾਈਫ ਟਾਈਮ ਲਈ ਇਹ ਚੀਜ਼ ਬਣ ਜਾਣੀ ਹੈ ਨਾ ਜੋ ਆਪਾਂ ਬਣਾਉਂਦੇ ਆਪਾਂ ਨੂੰ ਖੁਸ਼ੀ ਹੋਈ ਕਿ ਭਾਈ ਦਾ ਮਾਈਂਡ ਚੇਂਜ ਹੋਇਆ ਉਹ ਚੀਜ਼ ਨਾਲ ਉਹ ਚੀਜ਼ ਬਹੁਤ ਫਨੀ ਬਣੀ ਬਹੁਤ ਫਨੀ ਲੱਗਣੀ ਵੀ ਸੀਗੀ ਉਦੋਂ ਹੀ ਆਪਾਂ ਭਾਈ ਨੂੰ ਦੱਸਿਆ ਹੈ ਜੇ ਕੋਈ ਤੁਹਾਨੂੰ ਕਹਿੰਦਾ ਆ ਕਿ ਬਹੁਤ ਜ਼ਿਆਦਾ ਪੇਨ ਹੁੰਦੀ ਆ ਟੈਟੂ ਤੇ ਦੂਰ ਕੀ ਜਾਣਾ ਮੇਰਾ ਫਰੈਂਡ ਬੈਠਾ ਆ ਭਰਾ ਬੈਠਾ ਆ ਇਹਨੇ ਮੈਨੂੰ ਬੜਾ ਡਰਾਇਆ ਵੀ ਇੱਦਾਂ ਪੇਨ ਹੁੰਦੀ ਹੈ ਹੁੰਦੀ ਆ ਚਲੋ ਅਕਸਰ ਨੂੰ ਸੂਈ ਨਿਡਲ ਆਪਣੀ ਸਕਿਨ ਦੇ ਵਿੱਚ ਘੁੰਮ ਰਹੀ ਆ ਪੇਨ ਤਾਂ ਹੁੰਦੀ ਹੈ ਜੀ ਹੈ ਨਾ ਬਟ ਇੰਨੀ ਨਹੀਂ ਹੁੰਦੀ ਕਿ ਬੰਦਾ ਉੱਠ ਕੇ ਦੌੜ ਜੂਗਾ ਸਹਿਣ ਜੋਗ ਹੁੰਦੀ ਆ ਔਰ ਵੈਕਸੀਨ ਲਗਾਓ ਜ਼ਰੂਰ ਲਗਾਓ ਕੋਈ ਖਤਰਾ ਨਹੀਂ ਹੈ ਜਿੱਦਾਂ ਔਰ ਕੋਈ ਇੱਦਾਂ ਕਹਿੰਦਾ ਕਿ ਨਹੀਂ ਉਹ ਲਗਾਉਣੀ ਨਹੀਂ ਚਾਹੀਦੀ ਉਹ ਇਦਾਂ ਉਦਾਂ ਇਹ ਕੋਈ ਕੁਝ ਨਹੀਂ ਯਾਰ ਠੀਕ ਹੈ 50% ਇਦਾਂ ਦੇ ਕਹਿੰਦੇ ਆ ਜਿਹਨਾਂ ਨੇ ਆਪ ਲਗਾ ਲਈ ਠੀਕ ਹੈ ਮੇਰੇ ਖੁਦ ਮੇਰੇ ਬ੍ਰਦਰ ਨੇ ਅੱਜ ਹੀ ਲਗਵਾਈ ਆ ਵੈਕਸੀਨੇਸ਼ਨ ਕਰਵਾ ਲਈ ਆ ਉਹਨੇ ਅੱਗੇ ਤੇ ਕੋਈ ਪ੍ਰੋਬਲਮ ਨਹੀਂ ਆ ਮਾਈਨਰ ਜਿਹਾ ਬੁਖਾਰ ਹੁੰਦਾ ਆ ਉਹਦੇ ਨਾਲ ਉਹ ਵੀ ਭਾਜੀ ਤੁਸੀਂ ਆਪਣੀ ਬੋਡੀ ਨੂੰ ਰਿਲੈਕਸ ਰੱਖੋ ਪਹਿਲਾਂ ਹੀ ਗੋਲੀ ਖਾ ਲਓ ਇੱਕ ਲਵਾਉਣ ਤੋਂ 2 ਘੰਟੇ ਬਾਅਦ ਹੋ ਜਾਂਦਾ ਠੀਕ ਹੋ ਜਾਂਦਾ ਹੋਰ ਕੀ ਹੈ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਆ ਜਿੱਦਾਂ ਤੁਸੀਂ ਤੁਸੀਂ ਖੁਦ ਠੀਕ ਹੋਵੋਗੇ ਤੁਸੀਂ ਪਤਾ ਨਹੀਂ ਹੁਣ ਕਿੱਥੇ ਕਿੱਥੇ ਘੁੰਮਦੇ ਹੋ ਹੈ ਨਾ ਫਿਰ ਬਾਅਦ ਚੋਂ ਮੁੜ ਕੇ ਰੱਖਿਆ ਆਪਾਂ
पूरा दिन जिथे मर्जी घूम लीए लास्ट आप घर जाना हों घर बच्चे होंगे बजुर्ग होंगे दिल सारे जाने से उन्होंने प्रॉब्लम होगी इसलिए थोड़ा ध्यान रखा तो बना दे नाले एक मैसेज मैं होर दूंगा जिदा जे कोई थोड़ा छोटी उम्र का देख रहा कोई 15-16 साल या 17 साल अजकल जो कोई मेले वगैरह से जाते हैं तो उठो जल्दी जल्दी तो घट पैसे दे के टैटू करवा लेंगे भाजी वो चीज न रिक्वेस्ट ही अवॉयड करो क्योंकि मुड़ के फिर तुम जो थोड़े जे बड़े होने तुम कुछ चीजा का पता लगना भी नहीं यार नहीं करवा फिर कवर अप करवा फिर है ना इस तो बैटर आ कि अपने राइट टाइम का इंतजार करो जो टाइम आया उदो टाइम खराब कोई बीमारी लगती है भाई जी एक गल मैं वधिया लगी जिड़ी इन्होंने अज कही कहते जो तक मैं दिहाड़ी च टैटू ना बनावा मेरा रोटी खाने गल नहीं करता जेडे नहीं कम करते साडे वर्गे उन्होंने इतो कुछ सीखना चाहिए साडे वेल्हे कहता रोटी लंघती है डिटेलिंग वाइज देख सकते इधरों आहा आ एंगल आप सारा टैटू एंगल वाइज किया है ना इधरों आ एंगल आऊगा बाकी इधरों की बाकी चैनल सब्सक्राइब जरूर करो तो कमेंट करके जरूर दस्यो।